ਦੋਸਤੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਗੁਰਮੀਤ ਨਿੱਜਰ ਅੱਜ ਅਸੀਂ ਪਹੁੰਚ ਚੁੱਕੇ ਹਾਂ ਲੁਧਿਆਣਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਇੱਕ ਭਾਰੀ ਇਕੱਠ ਹੋਣ ਜਾ ਰਿਹਾ ਹੈ ਇਹ ਇਕੱਠ 7 ਤਰੀਕ ਨੂੰ ਪਟਿਆਲਾ ਵਿਖੇ ਹੋਣ ਵਾਲੀ ਜਬਰ ਵਿਰੋਧੀ ਰੈਲੀ ਦੇ ਸੰਬੰਧ ਵਿੱਚ ਹੋਣ ਜਾ ਰਿਹਾ ਹੈ ਜਿਸ ਨੂੰ ਸੰਬੋਧਨ ਕਰਨ ਵਾਸਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਵੀ ਪਹੁੰਚ ਰਹੀ ਹੈ ਇੱਥੇ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਜਿੱਥੇ ਵਿਰੋਧੀ ਧਿਰ ਵੱਲੋਂ ਪਟਿਆਲਾ ਵਿਖੇ 7 ਤਰੀਕ ਨੂੰ ਰੈਲੀ ਕੀਤੀ ਜਾ ਰਹੀ ਹੈ ਉੱਥੇ ਸੱਤਾ ਧਿਰ ਵੱਲੋਂ ਵੀ ਬਾਦਲ ਦੇ ਹਲਕਾ ਲੰਮੀ ਵਿਖੇ ਇੱਕ ਰੈਲੀ ਕੀਤੀ ਜਾ ਰਹੀ ਹੈ ਜਿਸ ਦਾ ਹਰ ਪਾਰਟੀ ਵਰਕਰਾਂ ਦੇ ਵਿੱਚ ਇੱਕ ਬੜਾ ਸਸਪੰਜ ਪੈਦਾ ਹੋਇਆ ਹੈ ਕਿ ਮੌਜੂਦਾ ਧਿਰ ਨੂੰ ਕਿਉਂ ਕਰਨੀਆਂ ਪੈ ਰਹੀਆਂ ਨੇ ਰੈਲੀਆਂ ਇਸ ਬਾਰੇ ਆਪਾਂ ਜਾਣਦੇ ਹਾਂ ਪਹੁੰਚਣ ਵਾਲੇ ਵਰਕਰਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਕੋਲੋਂ ਅੱਜ ਜ਼ਿਲ੍ਹਾ ਅਕਾਲੀ ਜਥਾ ਲੁਧਿਆਣਾ ਸ਼ਹਿਰ ਦੀ ਜਿਹੜੀ ਮੀਟਿੰਗ ਹੋ ਰਹੀ ਆ ਇਹਦਾ ਮੁੱਖ ਕਾਰਨ ਹੈ ਕਿ 7 ਸਤੰਬਰ ਨੂੰ 7 ਅਕਤੂਬਰ ਨੂੰ ਪਟਿਆਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਬਹੁਤ ਵੱਡੀ ਜਿਹੜੀ ਰੈਲੀ ਹੈ ਉਹ ਰੱਖੀ ਆ ਇਹ ਰੈਲੀ ਦੇ ਵਿੱਚ ਲਈ ਵਰਕਰਾਂ 'ਚ ਬਹੁਤ ਵੱਡਾ ਉਤਸ਼ਾਹ ਮੈਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਲੋਕਾਂ ਦਾ ਜਿਹੜਾ ਇਹ ਉਤਸ਼ਾਹ ਉਹ ਕੈਪਟਨ ਦਾ ਜਿਹੜਾ ਮਹਿਲ ਆ ਉਹਦੀਆਂ ਕੰਧਾਂ ਹਿਲਾ ਕੇ ਰੱਖ ਦੇਗੀ ਅਤੇ ਇਹ ਇਸ ਗੱਲ ਲਈ ਮੈਂ ਕਹਿੰਦਾ ਮਜ਼ਬੂਰ ਹੋ ਜਾਏਗੀ ਕਾਂਗਰਸ ਸਰਕਾਰ ਕਿ ਉਹਨਾਂ ਨੂੰ ਆਪਣੀ ਸਰਕਾਰ ਛੱਡ ਕੇ ਸਰਕਾਰ ਜਿਹੜੀ ਆ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਬਣ ਜਾ ਰਹੀ ਹੈ ਅਤੇ ਉਹਦੀ ਜਿਹੜੀ ਆ ਨੀਂਹ ਪੱਥਰ 7 ਅਕਤੂਬਰ ਨੂੰ ਰੱਖਿਆ ਜਾਏਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਲੁਧਿਆਣੇ ਦੇ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਨ ਵਾਸਤੇ ਆ ਰਿਹਾ ਜੋ ਜ਼ੁਲਮ ਜੋ ਧੱਕਾ ਕਾਂਗਰਸ ਸਰਕਾਰ ਅੱਜ ਕਰ ਰਹੀ ਹੈ ਉਹਦਾ ਜਵਾਬ ਦੇਣ ਵਾਸਤੇ 7 ਤਰੀਕ ਨੂੰ ਪਟਿਆਲੇ ਵਿੱਚ ਅਕਾਲੀ ਦਲ ਦੀ ਇੱਕ ਸ਼ਕਤੀ ਪ੍ਰਦਰਸ਼ਨ ਰੈਲੀ ਰੱਖੀ ਗਈ ਹੈ ਜਿਸ ਵਿੱਚ ਜੋ ਧੱਕੇ ਜੋ ਜ਼ੁਲਮ ਜਬਰ ਇਹਨਾਂ ਨੇ ਕਰਕੇ ਜੋ ਝੂਠੀਆਂ ਗੱਲਾਂ ਕਰਕੇ ਇਲੈਕਸ਼ਨ ਜਿੱਤੀ ਸੀ ਉਹਦੇ ਜਿਹੜੇ ਪੜਦੇ ਆ ਉਹ ਖੁੱਲ੍ਹ ਕੇ ਅਸੀਂ ਇਹ ਚੀਜ਼ ਸਾਹਮਣੇ ਕਰਾਂਗੇ ਕਿ ਆਓ ਜਦ ਡੁੱਲੇ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ ਮੈਂ ਸਮਝਦਾ ਆਉਣ ਵਾਲੀ 7 ਤਰੀਕ ਨੂੰ ਕਾਂਗਰਸ ਰਾਜ ਦਾ ਅੰਤ ਜਿਹੜਾ ਉਹ ਰੈਲੀ ਹੋਵੇਗੀ ਲੰਬੀ ਵਿੱਚ ਕਾਂਗਰਸ ਨੇ ਜੋ ਝੂਠੇ ਲਾਰੇ ਲਾਏ ਸੀ ਜੋ ਝੂਠੀਆਂ ਗੱਲਾਂ ਕਰਕੇ ਪੰਜਾਬ ਦੇ ਵਿੱਚ ਰਾਜ ਕਾਇਮ ਕੀਤਾ ਸੀ ਇਹ ਆਪਣੀ ਪੜਤ ਲੋਕਾਂ ਨੂੰ ਜਿਹੜੇ ਆ ਖਰੀਦ ਕੇ ਲਿਜਾ ਕੇ ਧੱਕੇ ਨਾਲ ਉੱਥੇ ਵਿਖਾਉਣਾ ਚਾਹੁੰਦੇ ਆ ਵੀ ਕਾਂਗਰਸ ਦੇ ਨਾਲ ਲੋਕ ਹੈਗੇ ਆ ਬਟ ਲੋਕ ਕਾਂਗਰਸ ਦੇ ਨਾਲ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੀਗੇ ਹੈਗੇ ਆ ਅਤੇ ਰਹਿਣਗੇ ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਕੈਮਰਾਮੈਨ ਸਰਬਜੀਤ ਪਨੇਸਰ ਅਤੇ ਹਰਜੀਤ ਦੁਗਰੀ ਦੇ ਨਾਲ ਫੋਕਸ .ਪੰਜਾਬੀ ਯੂਅਰ ਸਿਟੀ ਯੂਅਰ ਨਿਊਜ਼